ਅੱਛਾ ਜੀ ਅੱਜ ਦਾ ਇਹ ਜਿਹੜਾ ਖੂਬਸੂਰਤ ਤੇ ਯਾਦਗਾਰ ਪ੍ਰੋਗਰਾਮ ਹੜੱਪਾ ਜੈਸੇ ਤਾਰੀਖੀ ਸ਼ਹਿਰ ਦੇ ਵਿੱਚ ਹੋ ਰਿਹਾ ਹੈ ਤੇ ਇਹ ਸਾਰੇ ਦੋਸਤਾਂ ਨੂੰ ਇਕੱਠੇ ਕੀਤਾ ਹੈ ਤੇ ਇਹਦਾ ਸੇਰਾ ਮੁਹੰਮਦ ਅਸलम ਦੇ ਸੇਰੇ ਕਿ ਜਿਹਨਾਂ ਦੀ ਰੈਸ਼ਗਾਤ ਅਸੀਂ ਆਏ ਆ ਤੇ ਇਸ ਵਕਤੇ ਤੁਹਾਡੇ ਸਾਹਮਣੇ ਸਟੀਮ ਰੋਸਟ ਬਣ ਰਿਹਾ ਹੈ ਜਿਹੜਾ ਕਿ ਬਿਲਕੁਲ ਤਿਆਰ ਹੋ ਚੁੱਕਿਆ ਹੈ ਤੇ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਬਾਰੇ ਮੁਹੰਮਦ ਅਸलम ਸਾਹਿਬ ਕੋਲ ਪੁੱਛਨੇ ਆ ਪਈ ਉਹਨਾਂ ਦੇ ਕੀ ਜਜ਼ਬਾਤ ਨੇ ਤੇ ਕੀ ਸੋਚ ਕੇ ਉਹਨਾਂ ਦੋਸਤਾਂ ਨੇ ਦੋਸਤਾਂ ਨੂੰ ਇਨਵਾਈਟ ਕੀਤਾ ਹੈ ਬੁਲਾਇਆ ਹੈ ਤੇ ਇਹ ਦਵਾਰ ਕੀ ਕਹਿੰਦੇ ਨੇ ਉਹ ਬismillahirrahmanirrahim ਐਜੀ ਇਹ ਮਿਲਨ ਪਾਰਟੀ ਹੈ ਜੀ ਇਹ ਮੇਰੇ ਸਾਰੇ ਸਾਹਿਬ ਨੇ ਜੀ ਮੇਰੇ ਫਰੂਕ ਸਾਹਿਬ ਅੱਲਾ ਨਾਲ ਸਲਾਮਤ ਰੱਖੇ ਇਮਤੀਆਜ਼ ਸਾਹਿਬ ਖੜੇ ਨੇ ਜੀ ਤਾਰਿਕ ਸਾਹਿਬ ਤਸਦਿਕ ਸਾਹਿਬ ਅਤਰ ਸਾਹਿਬ ਨੇ ਅਬਦੁੱਲਾਹ ਅਮਰ ਸਾਹਿਬ ਖੁਸੂਸੀ ਲਾਹੌਰੋਂ ਆਏ ਨੇ ਜੀ ਸਾਡੀ ਖਾਤਰ ਖੁਸੂਸੀ ਸਾਡੇ ਮਹਿਮਾਨ ਨੇ ਜੀ ਭਾਈ ਮਹਿਮੂਦ ਸਾਹਿਬ ਖੜੇ ਨੇ ਭਾਈ ਯਾਸੀਨ ਬਨੀਮਨ ਸਾਹਿਬ ਆਜੀ ਬਨੀਮਨ ਸਾਹਿਬ ਆਏ ਨੇ ਪਾਈਜ਼ ਆਸਾ ਬਾਇ ਨੇ ਇਹਨਾਂ ਦਾ ਬਹੁਤ ਸ਼ੁਕਰੀਆ ਮੈਂ ਅਦਾ ਕਰਦਾ ਕਿ ਮੇਰੇ ਘਰ ਆਏ ਨੇ ਸਾਡੇ ਮੇਰਾ ਇੱਜ਼ਤ ਅਫਜ਼ਾਈ ਕੀਤੀ ਹੈ ਤੇ ਮੈਂ ਇਹਨਾਂ ਤੇ ਅਤਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਕਿ ਇਹ ਮੇਰੇ ਜ਼ਿੰਦਗੀ ਦਾ ਸਰਮਾਇਆ ਨੇ ਮੈਂ ਇਹਨਾਂ ਕੋਈ ਪੜਿਆ ਲਿਖਿਆ ਜੀ ਮੇਰੇ ਸੱਜੇ ਖੱਬੇ ਮੇਰੇ ਉਸਤਾਦ ਹੀ ਖੜੇ ਨੇ ਹੁਣ ਸਾਡਾ ਉਸਤਾਦ ਦਾ ਨਾਤਾ ਨਹੀਂ ਉਹ ਸਾਡਾ ਯਾਰੀ ਦੋਸਤੀ ਦਾ ਪਿਆਰ ਮੁਹੱਬਤ ਦਾ ਰਿਸ਼ਤਾ ਹੈ ਜੀ ਮੈਂ ਇਹਨਾਂ ਦੇ ਪੁੱਤਰ ਵੀ ਆ ਇਹਨਾਂ ਦੇ ਬੇਟਾ ਵੀ ਆ ਸਾਰਾ ਖੁਸ਼ੀ ਹੈ ਜੀ ਵੱਡਾ ਛੋਟੇ ਭਾਈ ਇਹਨਾਂ ਦੇ ਮੇਰੇ ਵੱਡੇ ਭਾਈ ਨੇ ਜੀ ਮੇਰਾ ਬੜਾ ਖਿਆਲ ਰੱਖਦੇ ਨੇ ਹਰ ਮੌਕੇ ਤੇ ਮੈਨੂੰ ਯਾਦ ਰੱਖਦੇ ਨੇ ਤੇ ਮੈਂ ਇਹਨਾਂ ਨੂੰ ਕਿਹਾ ਜੀ ਮੇਰੇ ਘਰ ਆਓ ਜੀ ਮਿਲਨ ਪਾਰਟੀ ਇਹ ਹੁਣ ਬੀਫ ਸਟੀਮ ਰੋਸਟ ਹੋ ਰਿਹਾ ਜੇ ਸਿੱਖਾਂਗੇ ਤੇ ਇੰਜੋਏ ਕਰਾਂਗੇ ਅੱਲਾਹ ਨਾ ਸਲਾਮਤ ਰੱਖੇ ਜੀ ਜਜ਼ਾਕ ਅੱਲਾਹ ਜੀ ਬਹੁਤ ਸ਼ੁਕਰੀਆ ਜੀ ਲਓ ਜੀ ਇਮਤੀਆਜ਼ ਸਾਹਿਬ ਫੋਨ ਤੁਸੀਂ ਜ਼ਰਾ ਇਹਦਾ ਢੱਕਣ ਚੁੱਕੋ ਤਾਂ ਕਿ ਜਨਾਬ ਪਤਾ ਚੱਲੇ ਕਿ ਜਨਾਬ ਕਿਸ ਰਾਂਗੇ ਪਹੁੰਚ ਗਏ ਕਿਉਂਕਿ ਬੜੀ ਧੀਰ ਤੋਂ ਨਾ ਅਸੀਂ ਇਹ ਖੁਸ਼ਬੂਆਂ ਆ ਰਹੀਆਂ ਨੇ ਸਾਡੀ ਇਸ਼ਟਹਾ ਵਧਦੀ ਜਾ ਰਹੀ ਏ ਲੋ ਜਨਾਬ ਇਹਦਾ ਟੱਕਨ ਜਿਹੜਾ ਉਹ ਚੁੱਕ ਦਿੱਤਾ ਗਿਆ ਤੇ ਇਹਦੇ ਨਾਲ ਹੀ ਸਾਡੀਆਂ ਬੇਤਾਬੀਆਂ ਜਿਹੜੀਆਂ ਨੇ ਉਹ ਜਨਾਬ مزید ਵੱਡ ਗਈਆਂ ਨੇ ਕੀ ਬਾਤ ਹੈ ਤੇ ਇਮਤੀਆਜ਼ ਸਾਹਿਬ ਇੱਕ ਪੀਸ ਜ਼ਰਾ ਕੱਢ ਕੇ ਦਿਖਾਓ ਕੈਮਰੇ ਦੀ ਤਰਫ ਕਰੋ ਵੀ ਕੈਸੇ ਜਨਾਬ ਦੀ ਸ਼ਕਲ ਹੈ ਇਹ ਨਹੀਂ ਚੱਕਲਿੰਦੇ ਨਾਲੀ ਚੱਕਲੋ ਮੈਂ ਕਹਿੰਦਾ ਕਮਾਲ ਬਣ ਗਈ ਬਹੁਤ ਅੱਛੇ ਜੀ ਲੋ ਜਨਾਬ ਇਹ ਤੁਹਾਡੇ ਸਾਹਮਣੇ ਜਨਾਬ ਇੱਕ ਪੀਸ ਹੈ ਤੇ ਨੂੰ ਇਮਤੀਆਜ਼ ਸਾਹ ਜ਼ਰਾ ਕਿਸੇ ਤਰ੍ਹਾਂ ਤੋੜ ਕੇ ਦੇਖੋ ਅਤਰ ਸਾਹਿਬ ਜੀ ਤੋੜ ਰਹੇ ਨੇ ਹਾਂਜੀ ਬਿਲਕੁਲ ਗੱਲ ਗਿਆ ਜੀ ਲੋ ਜਨਾਬ ਹੁਣ ਇੱਕ ਸਾਡੀ ਭੁੱਖ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕਿ ਜਦੋਂ ਸਾਨੂੰ ਜਨਾਬ ਮੈਨਾਂ ਦਾਵਤ ਦਿੱਤੀ ਤਾਂ ਅਸੀਂ ਦਾ ਖਾਣਾ ਉਸ ਦਿਨ ਦਾ ਹੀ ਛੱਡ ਦਿੱਤਾ ਸੀ ਤੇ ਇਹ ਜਨਾਬ ਹੁਣ ਸਾਡੇ ਸਾਹਿਬ ਨੇ ਬਿਲਕੁਲ ਤਿਆਰ ਹੈ ਤੇ ਹੁਣ ਅਸੀਂ ਇਨਸ਼ਾਅੱਲਾ ਇਹਨੂੰ ਇੰਜੋਏ ਕਰਾਂਗੇ ਜਨਾਬ ਕੀ ਬਾਤ ਹੈ ਤੋੜ ਹੋਇਆ ਨਾ ਬਹੁਤ ਵਧੀਆ ਕਰਨਾ ਜੀ ਕਮਾਲ ਹੋ ਗਿਆ ਜੀ ਉਹ ਕੋਈ ਸਾਡੀ ਬੱਕਰੀ ਬੋਲ ਫਰੂਕ ਕਾਬ ਵਾਹ ਵਾਹ ਜੀ ਵਾਹ ਅਤਰ ਸਾਹਿਬ ਹਾਂ ਜੀ ਬੱਸ ਦਿੰਦਾ ਨਹੀਂ ਖਾਣਾ ਖੇਲ ਗਿਆ ਬਸ